ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਪਹੁੰਚੇ ਭਾਰਤ। ਜੈਪੁਰ ਦੀਆਂ ਸੜਕਾਂ ਤੇ ਦਿਖੀ ਮੋਦੀ ਅਤੇ ਮੈਕਰੋਨ ਦੀ ਜੋੜੀ। ਮੋਦੀ ਨਾਲ ਰੋਡ ਸ਼ੋਅ ਵਿੱਚ ਸ਼ਾਮਿਲ ਹੋਏ ਮੈਕਰੋਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਨੇ ਬੀਤੀ ਦਿਨੀ ਜੈਪੁਰ ਦੇ ਪਰਕੋਟੇ ਵਿੱਚ ਸਥਿਤ ਜੰਤਰ ਮੰਤਰ ਤੋਂ ਹਵਾ ਮਹਿਲ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਇੱਕ ਖੁੱਲ੍ਹੇ ਡੁੱਲੇ ਵਾਹਨ ਵਿੱਚ ਸਵਾਰ ਸਨ। ਦੋਵੇਂ ਆਗੂਆਂ ਨੇ ਸੜਕ ਦੇ ਦੋਵੇਂ ਪਾਸੇ ਖੜੀ ਭੀੜ ਦਾ ਸਵਾਗਤ ਸਵੀਕਾਰ ਕੀਤਾ। ਲੋਕਾਂ ਨੇ ਮੋਦੀ ਮੋਦੀ ਦੇ ਨਾਅਰੇ ਵੀ ਲਗਾਏ ਅਤੇ ਕਈ ਥਾਵਾਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਤਿਰੰਗਾ ਝੰਡਾ ਅਤੇ ਫਰਾਂਸ ਦਾ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ। ਕਈ ਲੋਕਾਂ ਦੇ ਹੱਥ ਵਿੱਚ ਮੋਦੀ ਦੇ ਪੋਸਟਰ ਵੀ ਸਨ। ਰੋਡ ਸ਼ੋਅ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਰੋਡ ਸ਼ੋਅ ਜੰਤਰ ਮੰਤਰ ਤੋਂ ਹਵਾ ਮਹਿਲ ਤੱਕ ਪਹੁੰਚਿਆ। ਇਸ ਦੌਰਾਨ ਮੋਦੀ ਅਤੇ ਮੈਕਰੋਂ ਨੇ ਇੱਕ ਚਾਹ ਦੀ ਦੁਕਾਨ 'ਤੇ ਬੈਠ ਕੇ ਚਾਹ ਵੀ ਪੀਤੀ ਅਤੇ ਇਸ ਮਗਰੋਂ ਬਾਜ਼ਾਰ ਦੀ ਫੇਰੀ ਵੀ ਲਾਈ। ਇਸ ਮਗਰੋਂ ਮੈਕਰੋਂ ਦਿੱਲੀ ਲਈ ਰਵਾਨਾ ਹੋਈ ਅਤੇ ਅੱਜ ਇਮੈਨੂਅਲ ਨੇ ਗਣਤੰਤਰ ਦਿਵਸ ਮੌਕੇ ਵਧਾਈਆਂ ਵੀ ਦਿੱਤੀਆਂ ਅਤੇ ਮੋਦੀ ਨੂੰ ਇੱਕ ਚੰਗਾ ਦੋਸਤ ਵੀ ਆਖਿਆ। ਰਾਸ਼ਟਰਪਤੀ ਨੇ ਅੱਜ ਕਰਤਵਿਆ ਪਥ ਦੀ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਵੀ ਸ਼ਿਰਕਤ ਕੀਤੀ।